ਉਸਤਾਦ ਜੀ ਤੈਨੂੰ ਕਹੀ ਸਫੈਦ ਮੂਸਲੀ ਲੈ ਕੇ ਲੈਂਦੀ ਆ ਸਫੈਦ ਮੂਸਲੀ ਤੋਂ ਯੂਨੀਫਾਰਮ ਲਿਆ ਸਫੈਦ ਮੁੰਡੇ ਦੀ ਸ਼ਰਟ ਨਹੀਂ ਸੀ ਲੈਣੀ ਯਾਨੀ ਕਿ ਤੈਨੂੰ ਭੇਜਦਾ ਵਾ ਪੰਸਾਰ ਕੋਲ ਜਾਣਾ ਤੂੰ ਗਵਰਨਮੈਂਟ ਸਾਲੇ ਕੋਲ ਅਜੀ ਦੂਰ ਬਹੁਤ ਪੈਂਦਾ ਵਾ ਮੈਂ ਕਿਹੜੇ ਕਾਲ ਦਵਾਈ ਤੁਸੀਂ ਲਿਆਣੀ ਆ ਨਾ ਉਹ ਕਿੱਥਾ ਲੈ ਆਇਓ ਵੇਦ ਕੀ ਗਿਆ ਤੁਸੀਂ ਫਿਰ ਮੈਂ ਘੁੱਟਣਾ ਦਵਾਂ ਥੋੜ੍ਹਾ ਜਿਹਾ ਤੇਰੀ ਤਬੀਅਤ ਕਾਫੀ ਖਰਾਬ ਹੋਈ ਲੱਗਦੀ ਪਿਛਲੇ ਮਹੀਨੇ ਦੁਬਾਰਾ ਲੈ ਕੇ ਆਉਣੀ ਗੜਦਿੰਨੀ ਪਿੰਨੀ ਇਹ ਵੀ 100 ਗ੍ਰਾਮ ਉਹ ਬਸ ਕਰ ਜਾ ਮਹਿੰਗੇ ਬਹੁਤ ਹੋਏ ਨਾ ਦੀ ਦਿਨਾਂ ਪਾ ਲਾ ਗਾਹਕ ਤਾਂ 200 ਰੁਪਏ ਤੋਂ ਵੱਧ ਪੈਸੇ ਨੀ ਪੈਂਦਾ ਨਾ ਦੀ ਦਿਨਾਂ ਪਾ ਕੇ ਮੈਂ ਮੁੜ ਕੇ ਕਿੱਧਰ ਨੂੰ ਜਾਣਾ ਆਹ ਗੱਲ ਸੁਣ ਉਹਦੇ ਕੰਨ 'ਚ ਜਾ ਕੇ ਕਹਿਣਾ ਵਾ ਚੁੱਪ ਕਰਕੇ ਇਹ ਨੁਸਖਾ ਕਿਸੇ ਨੂੰ ਦੱਸਣਾ ਉਹਨੂੰ ਕਹਿੰਦਾ ਤ੍ਰਿਕਟ ਬਿਲਟਾ ਪਾ ਦੇ 50 ਰੁਪਏ ਦਾ ਤ੍ਰਿਕਟ ਬਿਲਟਾ ਕਹਿ ਦੇਣਾ ਮੈਨੂੰ ਪਤਾ ਜੈਸਾ ਉਹਦਾ ਸਵਾਦ ਹੈ ਤੂੰ ਸਾਰੀ ਪੀ ਜਾਣੀ ਸਾਰੇ ਇਸ ਦੁਕਾਨ ਤੋਂ ਚੱਲਦੇ ਆ ਉਹਨਾਂ ਦਾ ਮੈਂ ਪਲੇਠੀ ਦਾ ਮੁੰਡਾ ਵਾ ਇੱਕੋ ਹੀ ਰੁਪਈਆ 1100 ਤੇ ਜੀ 12 ਹਾਂਜੀ 100 ਹੋਰ ਦਾਰੇ ਦੀ ਤਬੀਅਤ ਬਹੁਤ ਖਰਾਬ ਸੀ ਛੱਡ ਤੂੰ
ਤਦਨ ਮੈਂ ਲੱਗ ਚੱਲਦਾ ਤਾਂ ਇਹ ਸੋਹਣੇ ਕੋਲ ਬਹੁਤ ਅੱਛਾ ਕੀਤਾ ਤੂੰ ਲੈ ਨਵੀਂ ਦਿਖਾ ਨਵੀਂ ਉਰਾਂ ਕਰ ਉਹ ਸਵੇਰੇ ਹਲਵਾ ਪੂੜੀ ਖਾਧੀ ਤੂੰ ਨਹੀਂ ਤੇ 9 ਵਜੇ ਤੂੰ ਰੋਗਰੀ ਨਾਲ ਵੀ ਖਾਧਾ ਹਾਂਜੀ ਉਹ 12 ਵਜੇ ਆਲੂ ਵਾਲਾ ਪਰੌਂਠਾ ਵੀ ਖਾਧਾ ਹਾਂਜੀ ਉਹ 3 ਵਜੇ ਗੋਭੀ ਵਾਲਾ ਵੀ ਖਾਧਾ ਹਾਂਜੀ ਬਿਮਾਰ ਤੇ ਤੂੰ ਹੋਣਾ ਹੀ ਸੀ ਉਹ ਇੰਨਾ ਕੁਝ ਖਾ ਗਈ ਤੇ ਜਾਨਵਰ ਰਿਹਾ ਪਿਛਲੇ ਜਨਮ ਚ ਤੂੰ ਤੇ ਬਿਮਾਰ ਹੀ ਹੋਣਾ ਸੀ ਉਹ ਮੇਰੀ ਗੱਲ ਸੁਣ ਕੋਈ ਇੰਨੀ ਖੁਰਾਕ ਖਾਂਦਾ ਪੋਰਾ ਤੂੰ ਵੀ ਵਿੱਚੋਂ ਖਾ ਲਿਆ ਕਰ ਬੁਰਕੀ ਲਾ ਲਿਆ ਕਰ ਤਾਇਆ ਇਹ ਹਰਦਾ ਨਹੀਂ ਹੈਗਾ ਇਹਨੂੰ ਮੈਂ ਰੋਕਿਆ ਵੀ ਤੇਰਾ ਜਿਹੜਾ ਪੇਟ ਵਧਿਆ ਸੀ ਵਧਿਆ ਤੋਂ ਵਧਿਆ ਵਾ ਫੁੱਲਿਆ ਨਾਨ ਬਹੁਤ ਖਾਂਦਾ ਉਸਤਾਦ ਜੀ ਜ਼ਰਾ ਹੌਲੀ ਤੋਂ ਇਹਨੇ ਉਲਟੀ ਕਰ ਦੇਣੀ ਆ ਇਹਨੇ ਪੂਰਾ ਕਮਰਾ ਭਰ ਦੇਣਾ ਨਾਨ ਪੁੱਤ ਐਸੀ ਹਰਕਤ ਨਾ ਕਰਦੀ ਹੈ ਨਹੀਂ ਨਹੀਂ ਮੁੰਡਾ ਇਦਾਂ ਦਾ ਨਹੀਂ ਹੈਗਾ ਤਾਇਆ ਉਹਨੂੰ ਪਤਾ ਤਾਇਆ ਨੂੰ ਖਾਂਦਾ ਲੈ ਵੀ ਕੀ ਦਿਆ ਹਾਂ ਤਾਇਆ ਇਹਦੀ ਮੈਂ ਮਰਜ਼ੀ ਸਮਝ ਗਿਆ ਅੱਛਾ ਜੀ ਆ ਮੈਂ ਤੈਨੂੰ ਦਵਾਈ ਲਿਖ ਦਿੰਦਾ ਵਾਂ ਨੁਕਸਾ ਤਾਇਆ ਇਹਨੂੰ ਕੋਈ ਆਵਾ ਯਾਦ ਦੇ ਦੇ ਜਿਹੜਾ ਇਹਨਾਂ ਦੀ ਜਾਨ ਮੈਂ ਤੈਨੂੰ ਦੱਸ ਦਿੰਦਾ ਸਾਡੀ 20 ਪੂਰੀ 20 ਪੂਰੀ ਦਵਾਂ ਮੈਂ ਦੱਸਦਾ ਕਿ ਪਹਿਲੀ ਪੂਰੀ ਅੰਦਰ ਹਾਂ ਤੇ ਮਰਜ਼ੀ ਜਲੰਧਰ ਤੂੰ ਜਾਣਾ ਪੰਸਾਰ ਦੀ ਦੁਕਾਨ ਚਲੇ ਗਿਆ ਤਾਇਆ ਜੇ ਤੂੰ ਅਮਲ ਕਰ ਲਈ ਜ਼ਿੰਦਗੀ ਕਦੀ ਤੇਰੇ ਦਰਦ ਨਹੀਂ ਹੋਏਗੀ ਤੁੰਨੇ ਚ ਅੱਛਾ ਠੀਕ ਹੋ ਗਿਆ ਹਾਂਜੀ ਉਹ ਤੂੰ ਲੱਕੜ ਦਾ ਗਲਾਸ ਲੈਣਾ ਤੇ ਲੋਹੇ ਦਾ ਪਲਾਸ ਲੈਣਾ ਦੋਵੇਂ ਸ਼ੈਵਾਂ ਲੈ ਕੇ ਤੂੰ ਆਪਣੀ ਛਾਤੇ ਚੜ੍ਹ ਜਾ ਉੱਤੋਂ ਜਾ ਕੇ ਆਪਣੇ ਤੋਂ ਗੁਆਂਢੀ ਨੂੰ ਆਵਾਜ਼ ਦੇਣੀ ਹੈ ਮੂੰਹ ਕਰਕੇ ਉਹਨੂੰ ਕਿਹੜਾ ਉੱਤੇ ਆ ਜਦੋਂ ਉੱਤੇ ਆਵੇ ਤੂੰ ਥੱਲੇ ਉੱਤਰ ਜਾ ਨੋਟ ਦੇਣਾ ਦੋ ਪੰਜਾਹ ਪਿਆ ਦੇ ਦੇ ਦੋ ਪੰਜਾਹ ਪਿਆ ਦੇ ਦੇ ਤੂੰ ਪੰਜਾਹ ਪੰਜਾਹ ਦਾ ਦੇਵੇ ਤੂੰ ਇੱਕ ਜੇਬ ਚ ਪਾ ਲੈਣਾ ਹਾਂਜੀ ਦੂਸਰੇ ਪੰਜਾਹ ਦੇ ਠੀਪੇ ਲਾ ਲੈ ਅੱਛਾ ਠੀਪੇ ਲੈ ਕੇ ਤੂੰ ਗਲਾਸ ਚ ਪਾ ਲੈਣਾ ਅੱਛਾ ਜੀ ਗਲਾਸ ਚ ਪਾ ਕੇ ਪੂਰਾ ਪਾਣੀ ਦਾ ਭਰ ਦੇਣਾ ਫੇਰ ਪਾਣੀ ਦਾ ਭਰ ਕੇ ਆਪਣੀ ਜਿਹੜੀ ਕੋਠੇ ਦੀ ਕੰਧ ਉਹਦੇ ਉੱਤੇ ਰੱਖ ਦੇ ਅੱਛਾ ਜੀ ਜਦੋਂ ਪਾਣੀ ਸੁੱਕ ਜਵੇ ਅੱਛਾ ਤੂੰ ਠੀਪੇ ਜਿਹੜੇ ਟੋਏ ਸੁੱਟ ਦੇਣੇ ਟੋਏ ਸੁੱਟ ਕੇ ਆਪ ਤੂੰ ਸਬਜ਼ ਮੰਡੀ ਚਲ ਜਾਣਾ ਸਬਜ਼ ਮੰਡੀ ਉਹਨੂੰ ਕਹਿੰਦਾ 6 ਖੀਰੇ ਦੇ ਦੇ ਅੱਛਾ ਉਹਨੂੰ ਕਹਿੰਦਾ 6 ਖੀਰੇ ਦੇ ਦੇ ਉਹਦੀ ਝੱਗ ਕੱਢ ਲੈਣੀ ਝੱਗ ਪਾ ਲੈਣੀ ਤੂੰ ਬੋਤਲ ਚ ਅੱਛਾ ਖੀਰੇ ਪਾ ਦੇਣੇ ਬੱਕਰੀ ਜੇ ਬੱਕਰੀ ਖੀਰੇ ਖਾ ਲਵੇ ਤੂੰ ਮਦੀਨਾ ਜਾਓ ਪਾ ਜਾਣਾ ਸਾਈਕਲ ਦੀ ਕਾਠੀ ਲੈਣੀ ਹੈ ਦੋ ਨਾਲੇ ਲੈਣੇ ਲਾਲ ਰੰਗ ਦੇ ਇਕੱਠੇ ਕਰ ਲੈਣਾ ਇਕੱਠੇ ਕਰਕੇ ਇਹਨਾਂ ਨੂੰ ਬਰੀਕ ਬਰੀਕ ਕਰ ਲੈਣਾ ਅੱਛਾ ਬਰੀਕ ਬਰੀਕ ਕਰਨ ਤੋਂ ਬਾਅਦ ਅੱਧਾ ਕਿਲੋ ਦੁੱਧ ਲੈਣਾ ਤੂੰ ਗਾਂ ਦਾ ਅੱਛਾ ਅੱਧਾ ਕਿਲੋ ਉਹਨਾਂ ਨਾਲ ਮੱਝ ਦਾ ਅੱਛਾ ਪਾਈਆ ਬੱਕਰੀ ਦਾ ਤੇ ਪਾਈਆ ਭੇਡ ਦਾ ਇਹ ਸਾਰਿਆਂ ਨੂੰ ਮਿਕਸ ਕਰ ਲੈਣਾ ਅੱਛਾ ਮਿਕਸ ਕਰਕੇ ਇਹਨਾਂ ਚ ਮਧਾਣੀ ਫੇਰ ਦੇਣੀ ਅੱਛਾ ਮਧਾਣੀ ਫੇਰ ਕੇ ਗਾਂ ਦਾ ਦੁੱਧ ਲੈਦਾ ਮੱਝ ਦਾ ਲੈਦਾ ਭੇਡ ਦਾ ਲੈਦਾ ਬੱਕਰੀ ਦਾ ਲੈਦਾ 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 ਕਰ ਲੈਣਾ ਚਾਰੇ ਚਾਰੇ ਇਹ ਕਿਹੜਾ ਕੀ ਗਾ
ਤਾਇਆ ਸੋਹਣੀ ਇੱਕ ਨਾਮ ਹੈ ਇਸ ਗੱਲ ਦਾ, ਤੈਨੂੰ ਪਤਾ ਹੀ ਨਹੀਂ? ਪਤਾ ਹੀ ਇੱਕ ਤਾਇਆ ਸੋਹਣੀ ਨੇ, ਮੈਂ ਬਾਈ ਪੁੱਛਣਾ, ਮੈਂ ਤੇਰੇ ਸਿਰ ਦੁਆਲੇ ਹੋ ਜਾਵਾਂ, ਜਿੰਦ ਵੀ ਸਤਰੀ ਹੋ ਗਈ ਤੂੰ ਚਾਰੇ ਦੁੱਧ ਲੈਦਾ ਹੋ ਜਾਣਾ। ਹਾਂਜੀ ਹਾਂਜੀ, ਤੂੰ ਕੋਠੇ ਤੋਂ ਛਾਲ ਮਾਰ ਦੇ ਫੀਸ ਲੈ ਕੇ।